ਯਾਦਾ ਸੀ ਦਾਦੀ ਕਹਿਣਾ ਸੀ ਆ ਫੁੱਫੋ ਕਹਿਣਾ ਸੀ ਮੈਂ ਆ ਫੁੱਫੋ ਤੁਹਾਡਾ ਮੁੰਡਾ ਮੇਰੀ ਫੋਟੋ ਲੈ ਫਿਰ ਤੁਸੀਂ ਆਪਸ ਲੜਦੇ ਰਹੇ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ ਕਰਨਾ ਖਰਾਬੋ ਤੇ ਤੂੰ ਨਾ ਲੜੀ ਮੈਂ ਨਹੀਂ ਲੜਦੀ ਮੈਂ ਕਰੀਆਂ ਸਾਦੀਆਂ ਗੱਲਾਂ ਤੇ ਸਿੱਧੀਆਂ ਸਾਦੀਆਂ ਕਿਹੜੀਆਂ ਔਰ ਲੱਗ ਪੂੰਝ ਲੈਂਦੇ ਚੂਹੇ ਫੁੱਟ ਫੁੱਟ ਕੇ ਸਾਡੇ ਬੇੜੇ ਘਰੇ ਕਰਦੇ ਕੱਦ ਨਾ ਰਹਿਣਾ ਉੱਪਰ ਤਾਰੇ ਰੇ ਜ਼ਰਾ ਨਹੀਂ ਇਹਨੂੰ ਤਮੀਜ਼ ਕੇ ਕੀ ਕਰਨਾ ਖਾਨਾ ਔਰ ਉਹ ਤੋਂ ਹੱਥ ਵੀ ਲਾਏਗਾ ਤੈਨੂੰ ਐਵੇਂ ਅੰਦਰ ਜਾਣਾ ਚੱਲ ਜਾ ਇਹ ਜਿਹੋ ਜਿਹਾ ਵੀ ਇਹ ਸਾਡਾ ਬਾਦਸ਼ਾਹ ਹੈ ਤੇਰਾ ਬਾਦਸ਼ਾਹ ਮੇਰਾ ਤੇ ਦੋਸਤ ਹੈ ਭਾਈ ਅੱਛਾ ਹਾਂ ਇਹ ਮੇਰੇ ਨਾਲ ਕੀ ਪ੍ਰਾਈਵੇਟ ਇਸ਼ ਕਰਨ ਦੀ ਤੂੰ ਤੇ ਮੇਰਾ ਮਸ਼ੂਕ ਹੈ ਨਾ ਮਸ਼ੂਕ ਹੋਰ ਹੁੰਦਾ ਹੈ ਅੱਛਾ ਤੇ ਦੋਸਤ ਹੋਰ ਹੁੰਦਾ ਦੋਸਤ ਦੇ ਦੇਨੇ ਪੈਸੇ ਤੂੰ ਆਸ਼ਕਾਂ ਦਾ ਕੋਈ ਟਰੱਕ ਤੇ ਨਹੀਂ ਸਟਾਇਆ ਮੇਰਾ ਇੱਕ ਲਸ਼ਕਰ ਹੋਏਗਾ ਅੰਦਰ ਜਾਣੇ ਲਸ਼ਕਰਾਨੇ ਮਸ਼ੂਕਾਂ ਅੱਛਾ ਅੱਛਾ ਲੈ ਇਹਨੇ ਤੇ ਇੱਥੇ ਰੱਖ ਅੱਲਾ ਨਾ ਕਰੇ ਵੇ ਕੁਛ ਨਹੀਂ ਸੁਣਦਾ ਸੁਣਨਾ ਤੇ ਨਹੀਂ ਵਿੰਗਾ ਹੋਇਆ ਨਹੀਂ ਵਿੰਗਾ ਨਹੀਂ ਹੁੰਦਾ ਤੁਸੀਂ ਆਪ ਤੇ ਲੈ ਕੇ ਦਿੱਤੀਆਂ ਚੀਜ਼ਾਂ ਸਾਰੀਆਂ ਮੇਰੇ ਵਿਆਹ ਤੇ ਮੈਂ ਕਿਹਾ ਹਾਂ ਤੁਸੀਂ ਤੇ ਮੇਰੇ ਵੱਡੇ ਹੋ ਮੈਂ ਤੇ ਤੁਹਾਡੀ ਆਪਣੇ ਪਿਓਵਾਂ ਭਰਾਵਾਂ ਵਰਗੂ ਇੱਜ਼ਤ ਕਰਨੀ ਹੈ ਤੁਸੀਂ ਕਿਉਂ ਹੋ ਯਾਰ ਅੱਗੇ ਅੱਛੀ ਗੱਲ ਹੈ ਅੱਛੀ ਗੱਲ ਹੈ ਅੱਛੀ ਗੱਲ ਕਾਦੀ ਹੈ ਖਾਨ ਸਾਰੇ ਮੂਰ ਦਾ ਬੇੜਾ ਕਰ ਕਰਦਾ ਮੇਰੇ ਤਸਵਰਾਂ ਚ ਮੈਂ ਤੈਨੂੰ ਗਾਣੇ ਪਿਕਚਰਾਈਜ਼ ਕਰਨ ਦਿਆ ਸਰ ਬਸ ਕਰਦੇ ਡਾਂਸਰ ਦੇ ਪੁੱਤਰ ਆ ਹੋਈ ਤੈਨੂੰ ਕੰਮ ਆਉਂਦੇ ਨੇ ਡਾਂਸ ਕਰ ਲੀਤਾ ਤੇ ਗਾਣੇ ਕੋਈ ਪਿਆਰ ਵਾਲੀਆਂ ਗੱਲਾਂ ਕਰ ਕਰ ਅੱਗੇ ਮੇਰੇ ਨਾਲ ਘੱਟ ਜ਼ੁਲਮ ਹੋਇਆ ਉਹ ਨੱਥ ਵੀ ਪਾਈ ਨੱਥ ਪਾਈ ਸੀ ਉਹ ਤੇਰੇ ਕੋਲ ਖੁੱਲੀ ਨਹੀਂ ਫਿਰ ਮੈਂ ਟੁਰ ਗਈ ਆਪ ਹੀ ਨਹੀਂ ਭਈ ਵਿਆਹ ਜ ਕੀਤਾ ਉਹ ਵੇ ਮਾਸ਼ਾਅੱਲਾ ਗੇ ਰੱਬ ਨੇ ਤੇਰੇ ਮੂੰਹ ਨਾਲ ਕੱਟ ਕੀਤੀ ਹੋਰ ਡਰਾਉਣਾ ਕਰ ਲਿਆ ਹੀ ਮੈਂ ਇਸ ਤਰ੍ਹਾਂ ਖਾਬ ਜਾਣੀ ਤੇਰੇ ਅਸਤਗਫਾ ਮੈਨੂੰ ਤਾਂ ਚੁੜੇਲਾ ਵੇ ਕੇ ਨੱਸ ਗਈਆਂ ਜਾ ਬੰਗਲਾਦੇਸ਼ ਦੀ ਕੁੱਤੇ ਅੰਦਰ ਦਫਾ ਹੋ ਜਾ ਅੰਦਰ ਜਾ ਮੈਂ ਮੂੰਹ ਬਣਾਇਆ ਅਸਤਗਫਾ ਉਹ ਚੁੜੇਲ ਸਾਰਾ ਜ਼ੇਵਰ ਲੈ ਕੇ ਆ ਗਈ ਮੈਂ ਕਿਹਾ ਖੈਰ ਕਹਿੰਦੀ ਤੇਰੀ ਸ਼ਕਲ ਮੇਰੇ ਮਰੇ ਬੰਦੇ ਵਰਗੀ ਮੈਂ ਕਿਹਾ ਤੇਰਾ ਵਿਆਹ ਹੋ ਗਿਆ ਕੀ ਵਿਆਹ ਹੋ ਗਿਆ ਮੈਂ ਮਾਨ ਕੇ ਅੰਮੀ ਨਾ ਕਰ ਮੇਰਾ ਵਿਆਹ ਮੇਰਾ ਉਂਝ ਸਰਨ ਡਿਆ ਹੈ ਕੀ ਮਤਲਬ ਹੈ ਕਢਾਈ ਕਰਨ ਦੀ ਸਲਾਈ ਕਰਨ ਦੀ ਘਰ ਪੈ ਅੱਛਾ ਮਿਹਨਤਾਂ ਮਿਹਨਤਾਂ ਤੇ ਹੋਰ ਤੇ ਮੈਂ ਮੇਰਾ ਵਿਆਹ ਹੋ ਗਿਆ ਅੱਛਾ ਮੈਂ ਵਿਆਹ ਕਰਕੇ ਗਈ ਹਾਂ ਤੇ ਘੁੰਡ ਕੱਢ ਕੇ ਬੈਠੀ ਹਾਂ ਉਤੋਂ ਮਸੂਮ ਤੇ ਨਾਲੇ ਸਿੱਧੀ ਤੇ ਕਿਸੇ ਗੱਲ ਦਾ ਵੀ ਨਾ ਪਤਾ ਅੱਛਾ ਮਸੂਮ ਨਾ ਤੂੰ ਬਣੀ ਕਿਉਂ ਵੇ ਸਾਡੇ ਮੱਲੇ ਇੱਕ ਮਸੂਮ ਹੀ ਅੱਠ ਉਹਦੇ ਬੱਚੇ ਨੇ ਕਾਹਦੀ ਮਸੂਮ ਹੈ ਜਿਹਨੇ ਇਸ ਦੌਰ 'ਚ ਅੱਠ ਬੱਚੇ ਜੰਮ ਲਏ ਉਹ ਕਾਹਦੀ ਮਸੂਮ ਹੈ ਅੰਤਰ ਜਾਣੇ ਆ ਉਸ ਤੋਂ ਬਾਅਦ ਮੈਂ ਵੋਟੀ ਬਣ ਕੇ ਬੈਠੀ ਮੈਨੂੰ ਕਹਿੰਦੇ ਸ਼ਹਿਜ਼ਾਦੀਏ ਮੂੰਹ ਵਿਖਾਈ ਕੀ ਲੈਣਾ ਹੀ ਮੈਂ ਉਹਨਾਂ ਕੇ ਦੇਖ ਸੋਣੀਏ ਮੈਂ 1000 ਰੁਪਏ ਦਾ ਸੋਚਿਆ ਸੀ ਤੂੰ ਵੱਡਾ ਭਰਾ ਲੱਗਣਾ 500 ਦੇ ਲੈ ਉਹ ਬੇਇੱਜ਼ਤੀ ਕੀਤੀ ਫਿਰ ਮੈਨੂੰ ਕਹਿੰਦਾ ਤੁਹਾਡਾ ਨਾਂ ਕੀ ਹੈ ਮੈਂ ਸਿੱਧੀ ਮੈਂ ਕਿਹਾ ਤੈਨੂੰ ਨਾਂ ਦਾ ਵੀ ਨਹੀਂ ਪਤਾ ਵਿਆਹ ਆਪਣੀ ਮਾਂ ਨਾਲ ਕੀਤਾ ਹੀ ਫਿਰ ਵੀ ਬਦਤਮੀਜ਼ੀ ਕੀਤੀ ਉਤੋਂ ਮੈਨੂੰ ਕਹਿੰਦਾ ਉਤੋਂ ਕਹਿੰਦਾ ਆਹੋ ਉਤੋਂ ਹੀ ਕਹਿਣਾ ਸੀ ਨਾ ਹੋਰ ਮੈਨੂੰ ਵੀ ਦਿਲੋਂ ਕਹਿਣਾ ਸੀ ਬਗੈਰਤ ਨੇ ਮੈਨੂੰ ਕਹਿੰਦਾ ਤੂੰ ਜੋ ਕਹੇਂਗੀ ਨਾ ਸੱਚ ਕਹੇਂਗੀ ਸੱਚ ਦੇ ਸਵਾ ਕੁਝ ਨਹੀਂ ਕਹੇਂਗੀ ਮੈਂ ਪਹਿਲੀ ਰਾਤ ਉਹਨੂੰ ਸਾਰਾ ਕੁਝ ਸੱਚ ਸੱਚ ਦੱਸਤਾ ਉਹਨੇ ਮੈਨੂੰ ਤਲਾਕ ਦੇ ਦਿੱਤੀ ਕੰਪਰੋਮਾਈਜ਼ ਖਾਦਾ ਖਾਨਾ ਖਰਾਬ ਜਿਹਾ ਪੁੱਤਰਾ ਤੇਰਾ ਤੇ ਤਾਏ ਆਦਲ ਨੂੰ ਕਹਿਣਾ ਸੀ ਤਾਏ ਆਦਲ ਦੇ ਨਾਲ ਤਾਂ ਨਹੀਂ ਮੈਂ ਬੋਲਦੀ ਮੈਂ ਤੈਨੂੰ ਦੱਸਿਆ ਕਿਉਂ ਦਫਾ ਕਰਾ ਤਾਏ ਆਦਲ ਨੂੰ ਮੈਂ ਨਹੀਂ ਤਾਏ ਆਦਲ ਨਾਲ ਬੋਲਣਾ ਤਾਏ ਆਦਲ ਨੂੰ ਵੇ ਮੈਂ ਕਿੰਨੇ ਕੰਮ ਕਰੀਏ ਮੈਂ ਜਮੀਲ ਫਖਰੀ ਸਾਹਿਬ ਆਏ ਨੇ ਜਮੀਲ ਫਖਰੀ ਸਾਹਿਬ ਕੀ ਬਾਤ ਹੈ ਤੇ ਆਪਣਾ ਮਸ਼ੂਕੜਾ ਹੈ ਮੈਂ ਕਹਿੰਦੀ ਤੇ ਸ਼ਹਿਜ਼ਾਦਾ ਹੈ ਅੱਛਾ ਤੂੰ ਕੀ ਕਰਦਾ ਨੇ ਕੋਈ ਪਿਆਰ ਦੀ ਗੱਲ ਕਰਿਆ ਕਰ ਗਲਤ ਆਈਬ੍ਰੋ ਰੋ ਵਾਲੇ ਤੇਰੇ ਕੰਖ ਨਾ ਰਹਿਣ ਅੰਦਰ ਜਾਣਿਆ ਮੇਰੀ ਗੱਲ ਸੁਣ ਕਚਲਿਆ ਕੁੱਤਿਆ ਰਵੇ ਤੇਰਾ ਉਹ ਕਿਹੜਾ ਕਚਲਾ ਕੁੱਤਾ ਹੁੰਦਾ ਹੀ ਹੁੰਦਾ ਕਚਲਾ ਕੁੱਤਾ ਕਚਲੇ ਬੱਕਰੇ ਹੁੰਦੇ ਨੇ ਕਚਲੇ ਕੁੱਤੇ ਵੀ ਹੁੰਦੇ ਨੇ ਅੰਦਰਿਆ ਮੇਰੀ ਗੱਲ ਸੁਣ ਤੂੰ ਗੱਲ ਸੁਣਾ ਲੈ ਮੈਨੂੰ ਤੂੰ ਹੁਣ ਘਰ ਲੜਾ ਹੀ ਹੈ ਨਾ ਨਹੀਂ ਮੇਰੀ ਗੱਲ ਸੁਣ ਲੈ ਮੈਂ ਫੇਰ ਲੜਾਂਗੀ ਹੱਲੇ ਨਹੀਂ ਮੈਂ ਲੜਨਾ ਅੱਛਾ ਹੱਲੇ ਮੈਂ ਤੇਰੇ ਹੱਥ ਨਾ ਨਾਈ ਕੋਲੋਂ ਟਾਈਮ ਲਿੱਤਾ ਤੇ ਉਹਨੇ ਗਰਮ ਪਾਣੀ ਕੀਤਾ ਤੇ ਆ ਕੇ ਨਾਲ ਹੈ ਕਿਹੜੀ ਗੱਲੋਂ ਉਹਨੇ ਕਿਹਾ ਤੇਰੀਆਂ ਛਿਲਤਣਾ ਲਾ ਦੇਗਾ ਖੁਸ਼ਕੀ ਨਾਲ ਜਿਹੜੀਆਂ ਤੈਨੂੰ ਪਿੱਤਾਂ ਨਿਕਲੀਆਂ ਤੇਰੇ ਫੋੜੇ ਜਿਹੜੇ ਕੰਨ ਤੇਰੇ ਵਗਣ ਡਏ ਨੇ ਨਾ ਉਹ ਕਹਿੰਦਾ ਸਾਰਾ ਕੁਛ ਠੀਕ ਚੱਲ ਮੈਂ ਤੈਨੂੰ ਦੱਸ ਇਸ਼ਕ ਕਰ ਰਿਹਾ ਸੀ ਤੇਰੇ ਨਾਲ ਕਿਹੜਾ ਇਸ਼ਕ ਕਰ ਰਿਹਾ ਜਿੰਨੇ ਤੂੰ ਕੱਪੜੇ ਪਾਏ ਨੇ ਤੈਨੂੰ ਠੰਡ ਨਹੀਂ ਲੱਗਦੀ ਤੈਨੂੰ ਜਦੋਂ ਫੀਲਿੰਗਸ ਨਹੀਂ ਤੇ ਕਾਹਦੀ ਇਸ਼ਕ ਕਰੇਗਾ ਇਸ਼ਕ ਕਰ ਰਿਹਾ ਫੀਲਿੰਗਸ ਦੀ ਗੱਲ ਹੁੰਦੀ ਮਹਿਸੂਸ ਕਰਨ ਦੀ ਤੂੰ ਤੇ ਮਹਿਸੂਸ ਕਰਨ ਜੋਗੀ ਕੋਈ ਚੀਜ਼ ਨਹੀਂ ਛੱਡੀ ਅੰਦਰ ਜਾਣੇ ਆ ਤੇਰੇ ਉਹ ਤੇਰੀ ਮਾਂ ਦੀ ਫਾਈਨਲ ਬੱਚੀ ਇਸ਼ਕ ਮੇਰੇ ਨਾਲ ਨਾ ਕਰ ਪੈਸਿਆਂ ਦੇ ਨਾਲ ਕਰ ਅੱਜ ਕੱਲ ਪੈਸੇ ਦਾ ਹੀ ਸਾਰਾ ਕੁਝ ਹੈਗਾ ਹੀ ਕੀ ਬੜਾ ਇਸ਼ਕ ਤੂੰ ਕਰਨਾ ਹੈ ਹਾਂ ਬੜਾ ਇਸ਼ਕ ਤੂੰ ਕਰਨਾ ਹੈ ਕਦੀ ਇਸ਼ਕ ਦੀ ਗੁੰਝਲ ਖੋਲ ਤੇ ਸਹੀ ਹਾਂ ਤੈਨੂੰ ਮਿੱਟੀ ਵਿੱਚ ਇਹ ਰੋਲ ਦੇਵੇ ਦੋ ਬੋਲ ਤੂੰ ਪਿਆਰ ਦੇ ਬੋਲ ਤੇ ਸਹੀ ਪਿਆਰ ਕੱਟ ਤੇ ਦਰਦ ਹਜ਼ਾਰ ਮਿਲਨ ਕਦੀ ਇਸ਼ਕ ਨੂੰ ਤਕੜੀ ਤੋਲ ਤੇ ਸਹੀ ਤੇਰੀ ਹੱਸਦੀ ਅੱਖ ਵੀ ਭਿੱਜ ਜਾਵੇਗੀ ਕਦੀ ਸਾਗਰ ਨੂੰ ਅੰਦਰੋਂ ਫੋਲ ਤੇ ਸਹੀ ਮੈਂ ਸਾਗਰ ਨੂੰ ਫੋਲਿਆ ਸੀ ਵਿੱਚੋਂ ਲੀਰਾਂ ਨਿਕਲੀਆਂ ਸਨ ਤੇਰੀਆਂ ਲੀਰਾਂ ਹੀ ਕੱਢਣੀਆਂ ਸਾਗਰ ਸਦੀਕੀ ਦੀ ਆਖਰੀ ਕੁੱਤੀਏ ਉਰਦੂ ਸ਼ੇਰ ਚਲੋ ਤੁਹਾਡੇ ਮੂੰਹ ਚੰਗਾ ਤੇ ਨਹੀਂ ਲੱਗਦਾ ਫੇਰ ਵੀ ਇਰਸ਼ਾਦ ਕਰੋ ਅਰਜ਼ ਕੀਆ ਹੈ ਕੀ
خریدے تھے کھلونے، کل دھوپ کے میلے سے خریدے تھے کھلونے، جو موم کا پتلا تھا وہ گھر تک بھی نہ پہنچا۔ اچھا میری گل مینوں ہو گئی ہے ہن طلاق، اوہ جتھے میری ماں نے کیتا سی، تے ہن تسی فٹافٹ نا میرے گھر نا اپنی امی نو میرے ابو کول کر دیو۔ تھلے والا پورشن تو سب ویکھ لیا، اتے والا پورشن بھی تسی ویکھیا؟ ہاں جی دیکھ لیے، سارے پورشن ویکھ لینا، ایتھے نیلا جی آن انہوں نے بالکل منہ نہیں لانا۔ سچی فرزان جی تسی کنے پیارے ہو۔ ہاں بالکل، نیلا نے میں کٹ دینا، طلاق دے دینی ہے، اسی کر لیں گے آپ سے شادی۔ ٹھیک ہے ٹھیک ہے نا جی۔ ہاں اے میری بہن آئی ہے، انہوں گنگا رام بہانا یا اور کدھر گنجے؟ اوفو انہوں کو دردی کو سوایا کرے کپڑے نے، ٹرک والے کو سوائے نے۔ اچھا اچھا اے آئے نے، چپ او چپ، ادھر آ ذرا، لو جی اے اپنا نوکر۔ ہاں جی چپ، میری پیڑ آئی ہے، اے دے آن دی خوشی دے وچ اک بڑا سارا جشن ہونا چاہیے، فنکشن کرنا، کر اپنے گھر فون۔ اور رہن دے جشن منانا، اسی قوالی کرنی ہے، قوالیاں کروانیاں تے کرا لو۔ ابا رہن دے، اسی منگانیاں نہیں، میں تے ویسے لگا ویکھیاں میں کالیاں کالیاں ٹیریاں ٹیریاں، ایک وچوں مینوں کوئی صحیح لگی، میں کہ سریا نال دے کمرے گل تے سن، میرے پیچھے ٹر پئی۔ جی آپے گل بنا کے آئٹم پالی وچ، میں کیا بھی نہیں کہ بیچاریاں ہو گئیاں، میں تانوں تعارف کرا دیاں، میں کہ کڑیے سیرا متھے دے بنی دے، تو کتھے بنی ہے؟ جی جا جی دسو نا فیشن، میں تانوں تعارف کرا دیاں، اے وے میرا نوکر۔ جی میں انہاں نوں مل چکی ہاں۔ جی ہاں جی، چبڑا ہے ہوئی منہ لے کے کڑیاں نوں وہا دینا، ایتھے آئی سی میں ہی نے ملایا بی بی جی نال۔ اچھا اچھا لو جی، فنکشن لئی فون کر رہے ہیں، میں لگا فون کروں فنکشن، کر نہ کر۔ کیڑا فنکشن؟ ہاں ڈانس دا۔ ہاں لگے ڈانس کر دے، فنکشن کرن لگے ہلے۔ اچھا کرو ہلے، سر سے کپڑا لے لیا، اکھاں چ چمک پین دے۔ اچھا یار سرما اچھا کتھوں ملدا؟ لطیف والے کولوں، لطیف سرما آوے جڑا ویچدا رہی بساں دے، ویچدے رہے الحمدللہ۔ بھائی نہ چھوڑ، فون کرن لگا فون، اے رشتہ دار ہے میرا۔ کی لگدا؟ اے میری سکی ماسی دے کتے دا پتر بھرا۔ اما فون کرن لگا، اے اے ہگا او تو خالہ گلتریا دا پتر نہیں؟ میں تینوں بلیکھا بیٹھ لیا۔ ہاں جی